ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਜ਼ ਨੂੰ, ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਐਂਡ ਗਾਈਜ਼, ਅੱਜ ਆਪਾਂ ਸੌਂਗ ਕਰਾਂਗੇ ਤੇਰੇ ਲਈ ਬਾਏ ਨਿਰਵੈਰ ਪੰਨੂ। ਅਤੇ ਜੋ ਇਹ ਸੌਂਗ ਹੈ, ਬਹੁਤ ਸੋਹਣਾ ਗਾਇਆ ਬਾਈ ਨੇ, ਬਹੁਤ ਹੀ ਵਧੀਆ ਲਿਖਿਆ ਯਾਰ, ਬਹੁਤ ਹੀ ਤਰੀਕੇ ਨਾਲ। ਅਤੇ ਥੋੜ੍ਹਾ ਜਿਹਾ ਇਹ ਬਿਗਿਨਰ ਲਈ ਔਖਾ ਹੋਊਗਾ, ਠੀਕ ਹੈ ਜੀ, ਥੋੜ੍ਹਾ ਜਿਹਾ ਡਿਫੀਕਲਟ ਲੱਗੂਗਾ। ਅਤੇ ਬਾਕੀ ਜੇ ਟਰਾਈ ਕਰੋਗੇ, ਹੈ ਨਾ, ਆਉਣ ਨੂੰ ਕੀ ਨਹੀਂ ਆ ਸਕਦਾ। ਅਤੇ ਚਲੋ ਦੇਖਦੇ ਹਾਂ ਆਪਾਂ ਕਿੱਦਾਂ ਇਹ ਸੌਂਗ ਪਲੇ ਕਰਨਾ ਹਾਰਮੋਨੀਅਮ 'ਤੇ, ਠੀਕ ਹੈ ਜੀ, ਬਿਲਕੁਲ ਈਜ਼ੀ ਤਰੀਕੇ ਨਾਲ, ਈਜ਼ੀ ਵੇ ਨਾਲ, ਬਿਲਕੁਲ ਹਰੇਕ ਵਾਰੀ ਜਿਵੇਂ ਤੁਹਾਨੂੰ ਸਮਝਾਉਣਾ, ਪਹਿਲਾਂ ਸਿੰਪਲ ਵਜਾ ਕੇ ਉਸ ਤੋਂ ਬਾਅਦ ਇੱਕ ਫਿੰਗਰ ਨਾਲ, ਠੀਕ ਹੈ ਜੀ। ਅਤੇ ਪਹਿਲਾਂ ਆਪਾਂ ਦੇਖਾਂਗੇ ਸਿੰਪਲ ਕਿਵੇਂ ਪਲੇ ਹੋਣਾ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਫਿੰਗਰ ਨਾਲ ਸਮਝਾਊਂਗਾ ਕਿੱਦਾਂ ਇਹ ਪਲੇ ਹੋਣਾ। ਸੋ ਅੱਜ ਸਟਾਰਟ ਕਰਦੇ ਹਾਂ। ਜਚਿਆ ਨਹੀਂ ਸਮਾਂ ਆਪਣਾ ਮੈਂ ਸਾਂਭਿਆ ਏ ਰੱਖਾਂ ਕੱਜ ਕੇ ਮੈਂ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਠੀਕ ਹੈ ਜੀ। ਇੱਦਾਂ ਇਹ ਸਿੰਪਲ ਪਲੇ ਹੋਣਾ ਸੀਗਾ। ਅਤੇ ਹੁਣ ਮੈਂ ਤੁਹਾਨੂੰ ਇੱਕ ਫਿੰਗਰ ਨਾਲ ਦੱਸੂੰਗਾ, ਨਾਲ ਅਗਲੀਆਂ ਲਾਈਨਸ ਵੀ, ਅਜੇ ਮੈਂ ਤੁਹਾਨੂੰ ਹਾਫ ਹੀ ਦੱਸਿਆ ਬਿਲਕੁਲ, ਇਸ ਤੋਂ ਅਗਲੀਆਂ ਲਾਈਨਸ ਵੀ ਤੁਹਾਨੂੰ ਸਾਰੀਆਂ ਸਮਝਾਊਂਗਾ ਕਿੱਦਾਂ ਪਲੇ ਹੋਣੀਆਂ, ਠੀਕ ਹੈ ਜੀ। ਸੋ ਇੱਕ ਫਿੰਗਰ ਨਾਲ ਦੇਖੋ ਨੇ ਕਿੱਦਾਂ ਪਲੇ ਹੋਣਾ ਸੌਂਗ। ਸੋ ਮੈਂ ਸੌਂਗ ਦੇਖੋ ਜੀ ਕਿਤੋਂ ਸਟਾਰਟ ਕੀਤਾ ਸੀਗਾ, ਆਪਾਂ ਸੌਂਗ ਸਟਾਰਟ ਕੀਤਾ ਰੇ ਤੋਂ, ਤਾਰ ਸਪਤਕ ਦੇ ਰੇ ਤੋਂ, ਠੀਕ ਹੈ ਜੀ। ਤੇਰੇ ਲਈ ਮੈਂ ਜੋ ਲਿਖਿਆ ਤੂੰ ਪੜਿਆ ਨਹੀਂ ਨਵਾਂ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹੈ ਜਚਿਆ ਨਹੀਂ ਸਾਵਾਂ ਆਪਣਾ ਬਿਲਕੁਲ ਈਜ਼ੀ ਵੀ ਵਿੱਚ ਦੇਖੋ, ਬਿਲਕੁਲ ਈਜ਼ੀ ਵਿੱਚ। ਤੇਰੇ ਲਈ ਮੈਂ ਜੋ ਲਿਖਿਆ ਤੂੰ ਪੜਿਆ ਨਹੀਂ ਨਵਾਂ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹੈ ਜਚਿਆ ਨਹੀਂ ਸਾਵਾਂ ਆਪਣਾ ਇੱਥੇ ਤੱਕ ਹੋ ਗਿਆ ਜੀ, ਇੱਥੇ ਤੱਕ ਚਾਰ ਲਾਈਨਸ ਹੋ ਗਈਆਂ। ਨੈਕਸਟ ਅਗਲੀਆਂ ਚਾਰ ਲਾਈਨ ਦੇਖੋ ਕਿਤੇ ਪਏ ਹੋਣੀਆਂ। ਮੈਂ ਸਾਂਭਿਆ ਏ ਠੀਕ ਹੈ ਜੀ, ਇੱਥੋਂ ਚੱਕਣਾ ਮੈਂ ਸਾਂਭਿਆ ਏ ਰੱਖਾਂ ਕੱਜ ਕੇ ਠੀਕ ਹੈ ਜੀ। ਮੈਂ ਸਾਂਭਿਆ ਏ ਅਗਲੀ ਫੇਰ ਸੇਮ ਰੱਖਾਂ ਕੱਜ ਕੇ ਫਿਰ ਅੱਗੇ
ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਬੇਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਠੀਕ ਹੈ ਜੀ ਅਗਲੀ ਲਾਈਨ ਤੋਂ ਸਟਾਰਟ ਕਰਨੀ ਸੀਗੀ ਵੇ ਕਿਉਂ ਤੁਰ ਗਏ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨੈਕਸਟ ਅਗਲੀ ਲਾਈਨ ਦੇਖੋ ਕਿੱਥੋਂ ਪਲੇ ਹੋਣੀ ਆ ਇਸੇ ਪੈਰੇ ਦੀ ਸੇਮ ਉਹੀ ਆ ਉਹ ਆਦਤ ਸੀ ਤੇਰੀ ਭੁੱਲ ਗਿਆ ਉਹ ਆਦਤ ਸੀ ਤੇਰੀ ਭੁੱਲ ਗਿਆ ਹੋਵੇਗਾ ਤੂੰ ਬਾਤਾਂ ਕਰੀਆਂ ਇੱਥੋਂ ਸਟਾਰਟ ਕਰਨੀ ਹੈ ਜੀ ਉਹ ਆਦਤ ਸੀ ਤੇਰੀ ਭੁੱਲ ਗਿਆ ਹੋਵੇਗਾ ਤੂੰ ਬਾਤਾਂ ਕਰੀਆਂ ਉਦੋਂ ਇਕੱਠਿਆਂ ਨੇ ਹੱਥ ਫੜ ਕੇ ਅੱਖਾਂ ਪੜੀਆਂ ਇੱਥੋਂ ਤੱਕ ਲਿਆਉਣਾ ਠੀਕ ਹੈ ਵੇ ਕਿਉਂ ਸੁੱਟ ਦੇ ਆਪੇ ਚੱਕ ਕੇ ਠੀਕ ਹੈ ਜੀ ਇੱਥੋਂ ਤੱਕ ਆ ਗਿਆ ਨੈਕਸਟ ਹੁਣ ਥੋੜ੍ਹਾ ਜਿਹਾ ਹਾਈ ਸਕੇਲ 'ਤੇ ਸੌਂਗੇ ਜਾਊਗਾ ਠੀਕ ਹੈ ਜੀ ਹੁਣ ਉਹ ਦੇਖੋ ਕਿਵੇਂ ਪਲੇ ਹੁਣ ਹਾਈ ਸਕੇਲ ਤੋਂ ਸਟਾਰਟ ਆਪਾਂ ਲਾਈਨ ਇੱਥੋਂ ਹੀ ਕਰਨੀ ਹੈ ਠੀਕ ਹੈ ਜੀ ਜੇ ਤੂੰ ਕਹਿ ਦੇ ਮੈਂ ਮੰਨ ਲਊਂਗਾ ਇਹ ਕੁਫਰਾਂ ਨੇ ਇਹ ਦੁਨੀਆ ਹੀ ਆ ਇੱਥੋਂ ਸਟਾਰਟ ਕਰਾਂਗੇ ਆਪਾਂ ਇਹ ਲਾਈਨ ਜੇ ਤੂੰ ਕਹਿ ਦੇ ਮੈਂ ਮੰਨ ਲਊਂਗਾ ਇਹ ਕੁਫਰਾਂ ਦੁਨੀਆ ਇੱਥੋਂ ਇੱਥੇ ਤੱਕ ਜਾਊਗਾ ਇਹ ਜੇ ਤੂੰ ਕਹਿ ਤੇਰੀ ਖੁਸ਼ਬੂ ਨੂੰ ਚਖਿਆ ਸੀ ਤੂੰ ਦੱਸਿਆ ਸੀ ਦੁਨੀਆ ਮੈਂ ਰੋਣਾ ਏ ਗਲੇ ਲੱਗ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਠੀਕ ਹੈ ਜੀ ਸੋ ਇਸ ਤਰ੍ਹਾਂ ਸੀ ਇਹ ਸੌਂਗ ਹਾਈ ਸਕੇਲ 'ਤੇ ਕਾਫੀ ਚਲੇ ਜਾਂਦਾ ਠੀਕ ਹੈ ਜੀ ਇੱਥੋਂ ਤੱਕ ਲੋਅ ਸਕੇਲ 'ਤੇ ਵੀ ਆ ਜਾਂਦਾ
ਸੋ ਬਿਗਨਰਸ ਲਈ ਮੇ ਬੀ ਥੋੜ੍ਹਾ ਜਿਹਾ ਡਿਫੀਕਲਟ ਰਹੇ, ਠੀਕ ਹੈ ਜੀ, ਬਟ ਬਹੁਤ ਸੋਹਣਾ ਸੌਂਗ ਹੈ, ਸਿੱਖਣ ਦੀ ਜ਼ਰੂਰ ਟਰਾਈ ਕਰਿਓ। ਅਤੇ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਐਂਡ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਐਂਡ ਕਮੈਂਟ ਕਰਕੇ ਮੈਨੂੰ ਸੁਜੈਸ਼ਨ ਜ਼ਰੂਰ ਦਿੰਦੇ ਰਿਹਾ ਕਰੋ। ਥੈਂਕ ਯੂ।